ਆਖਰੀ ਲਾਸਟ ਕੁਆਟਰ ਫਾਈਨਲ ਹੈ ਜਿਹੜੇ ਮੁੰਡੇ ਖੇਡਦੇ ਸਟੇਜ ਵਾਲੇ ਪਾਸੇ ਆ ਟੀਮ ਦੇ ਮਿੱਤਰ ਉਸ ਹਾਰਦੀਪ ਰਵੀਰ ਆ ਜਿੱਥੋਂ ਦੇ ਆਪਾਂ ਸੀਨੀਅਰ ਖਿਡਾਰੀਆਂ ਦੀ ਗੱਲਾਂ ਕਰੀਏ ਤੇ ਚਰਚੇ ਕਦੇ ਵੱਡੇ ਰਹੇ ਆ ਦਲੀਪ ਸਾਡੇ ਅੰਕਲ ਜੀ ਚਾਂਦ ਅੰਕਲ ਜੀ ਸੁਨੀਲ ਕੁਮਾਰ ਜੀ ਬਾਰੇ ਆਪਣੇ ਟਾਈਮ ਦੇ ਵਿੱਚ ਆਓ ਕਦੇ ਖੇਡ ਦਾ ਲੋਹਾ ਕਦੇ ਮਰਵਾਇਆ ਤੇ ਅੱਜ ਆਪਾਂ ਕਦੇ ਵੀ ਜੱਗੇ ਵਰਗੇ ਆਓ ਕਦੇ ਆਪਣੇ ਸੀਨੀਅਰ ਖਿਡਾਰੀਆਂ ਦੀ ਪੈਰਾਂ ਤੇ ਤੁਰ ਕੇ ਬਹੁਤ ਚੋਟੀ ਦੇ ਖਿਡਾਰੀ ਬਣ ਗਿਆ ਰਵੀ ਨਵੀਂ ਕਰ ਗੱਲ ਮੁੰਡਿਆਂ ਦੀ ਵਾਕਿਆ ਟੌਪ ਦੇ ਖਿਡਾਰੀ ਜਿਹੜੇ ਬਣ ਗਏ ਉਧਰ 18 ਜਨਵਰੀ ਹੋਣੀ ਹੈ ਨਾਨਕਪੁਰ ਪਿੰਡ ਦਾ ਆਪਾਂ ਕਹਿ ਦਈਏ ਬਾਈ ਜੀ ਪੱਟਿਆਂ ਵਾਲੇ ਪੱਟੀਆਂ ਦੀ ਟੀਮ ਆ ਗਈ ਆ ਦੇਖੋ ਮੁੰਡੇ ਹੁਣੇ ਖੇਡ ਕੇ ਗਏ ਸੀਗੇ ਤੇ ਹੁਣੇ ਆ ਗਏ ਆ ਮਨ ਵਾਲੇ ਤੁਹਾਨੂੰ ਬਹੁਤ ਟਾਈਮ ਹੋ ਗਿਆ ਖੇਡ ਕੇ ਗਏ ਨੂੰ ਬਾਈ ਬਣ ਕੇ ਆਓ ਯਾਰ ਜਲਦੀ ਦੇ ਨਾਲ ਮਨ ਵਾਲੀ ਟੀਮ ਵੀ ਆ ਗਈ ਮਨ ਵਾਲੇ ਆ ਗਏ ਤੇ ਵੀਰੇ ਹੱਥ ਖੜਾ ਕਰਕੇ ਆ ਗਏ ਪੱਟੀਆਂ ਦੀ ਟੀਮ ਵੀ ਆ ਗਈ ਆ ਮਨ ਵਾਲੇ ਵੀ ਆ ਗਏ ਆ ਮੈਂ ਜੀ ਜੇਤੂ ਸਾਡਾ ਭਰਾ ਜਿੱਥੇ ਬਾਸ ਫਰੋਜ਼ਾ ਵੀਰ ਨਾਲ ਖੇਡੂ ਸੇਮੀ ਬਈ ਆ ਮੈਂ ਜੀ ਜੇਤੂ ਫਰੋਜ਼ਾ ਵੀਰ ਨਾਲ ਸੇਮੀ ਖੇਡੂ ਤੇ ਮੈਚ ਲੱਗਣਾ ਬਾਲੀ ਗਰਦ ਨਿਕਲਣੀ ਆ ਜਿਹੜੀ ਆ ਮੈਂ ਜੀ ਜੇਤੂ ਹੋਈ ਕਿਉਂਕਿ ਬਿੰਦੀਆ ਜੀ ਉਧਰ ਸਾਰਨੀ ਵਾਲੇ ਇਧਰ ਤੁਹਾਡਾ ਫਰਜ਼ ਬਣਦਾ ਹੈ ਤੁਹਾਨੂੰ ਕਹਿਣ ਦੀ ਲੋੜ ਨਾ ਪਵੇ ਮੈਚ ਉਧਰ ਕਰਵਾਈਏ ਮੇਰੀ ਬੇਨਤੀ ਆ ਹੁਣ ਜਲਦੀ ਦੇ ਨਾਲ ਵਾਕਿਆ ਉਧਰ ਵੀ ਮੈਂ ਦੀ ਕਰਾ ਦੀ ਸ਼ੁਰੂਆਤ ਨਾਲ 20 ਤਰੀਕ ਹੋਣੀ ਦਰਬੀ ਦੇ ਖੇਡ ਮੇਲੇ ਦੀ ਜਿੱਥੇ ਕੱਚੀ ਦਾ ਵੱਡਾ ਮੇਲਾ ਜਿਹੜਾ ਕਰਾਇਆ ਜਾਣਾ ਹੈ 7100 ਤੇ 4100 ਦੀ ਗੱਲਾਂ ਹੋਣੀਆਂ ਹੈ ਨਰੋਲ ਦਾ ਟੌਪ ਦਾ ਮੇਲਾ ਹੋਣਾ ਕੱਚੀ ਖੇਡ ਦੀ ਚਰਚਾ ਜਿਹੜੀ ਹੋਣੀ ਹੈ 18 ਤਰੀਕ ਹੋਣੀ ਹੈ ਨਾਨਕਪੁਰ ਪਿੰਡ ਦੇ ਵਿੱਚ ਕਹਿੰਦੀ ਵੱਡੇ ਮੇਲੇ ਜਿਹੜੇ ਹਰੇਕ ਸਾਲ ਦੀ ਤਰ੍ਹਾਂ ਜਿਹੜੇ ਬਣਾਏ ਜਾਣੇ ਆ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਦੀ ਜੋੜੀ ਔਰ ਖੁੱਲਾ ਖਾੜਾ ਜਿਹੜਾ ਲੱਗਦਾ ਹੈ ਔਰ ਬਹੁਤ ਵੱਡੇ ਧੰਨਵਾਦ ਹੈ ਨਾਨਕਪੁਰੀ ਭਰਾਵਾਂ ਦੇ ਵਿਸ਼ੇਸ਼ ਤੌਰ ਤੇ ਸਾਡੇ ਦਰਬਾਰ ਪਹੁੰਚੇ ਆ ਪਰ ਸਾਹਮਣੇ ਬਾਈ ਸ਼ੇਅਰ ਕਰਿਓ ਮੇਰੇ ਬਾਈ ਕਾਲੀਆਂ ਦਾ ਹਰਗੀ ਵੀਰੇ ਹਰਗੀ ਕਾਲੀਆਂ ਦਾ ਰੋਜਾ ਵੀਰੋ ਸਾਹਮਣੇ ਅਮਨ ਕਰ ਗਿਆ ਕਮਾਲ ਹੁਣ ਸਾਹਮਣੇ ਆਪਣੀ ਟੀਮ ਦੇ ਲਈ ਤੱਕਦੇ ਆ ਕਾਲੀਆਂ ਦਾ ਰੋਜਾ ਵੀਰੋ ਆ ਰਿਹਾ ਹੈ ਔਰ ਵਿੱਕੀ ਨੇ ਸਾਹ ਜਿਹੜੇ ਡਿਫੈਂਸ ਆ ਬੱਲੇ ਅਮਨ ਝੋਰਨ ਢਾਬਾ ਗੱਲਾਂ ਦੇਖਣ ਯੋਗ ਬਣ ਆ ਅਮਨ ਝੋਰਨ ਢਾਬਾ ਨੰਬਰਦਾਰ ਲਾਈਵ ਤੇ ਆ ਰਵੀ ਮਹਿਤਾ ਪੱਟੀਆਂ ਦਾ ਵੱਡਾ ਭੇਜਦਾ ਭਰਾ ਆਪਣਾ ਅੱਜ ਵੱਡੇ ਮੌਕੇ ਗੋਲੀਮਾਨ ਪ੍ਰਦਰਸ਼ਨ ਕੀਤੇ ਕਰਕੇ ਸੁਖਵਿੰਦਰ ਕੀ ਹਾਲ ਹੈ ਵੀਰੇ ਦੱਸਣਾ ਪੈਣਾ ਕਾਲੀਆਂ ਦਾ ਫਾਇਰ ਕਾਲੀਆਂ ਦੇ ਮੁੰਡੇ ਹਾਰ ਗਏ ਵੀਰੇ ਔਰ ਗੱਲਾਂ ਫੇਰ ਔਰ ਜਿਹੜੀਆਂ ਬਣ ਜਾਣੀਆਂ ਹੈ ਇਹਦੇ ਪਾਸੇ ਜੱਗਾ ਤਿਆਰ ਵਰ ਤਿਆਰ ਹੈ ਪਰ ਗਲਤੀਆਂ ਵੱਡੀਆਂ ਜਿਹੜੀਆਂ ਕਰ ਬੈਠਾ ਬਾਦਲ ਦੰਦੀਵਾਲ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਬਾਈ ਰੈਫਰੀ ਆ ਰਹੀ ਉਧਰ ਲੈ ਵੀ ਵਿੱਕੀ ਰੈਫਰੀ ਲਾਓ ਉਧਰ ਕਿਹੜਾ ਲਾਉਣਾ ਇਸ ਤੋਂ ਬਾਅਦ ਬੈਲ ਸੇਮੀ ਰੈਫਰੀ ਲਾਓ ਇਸ ਤੋਂ ਬਾਅਦ ਸੈਕੰਡ ਸੇਮੀ ਪੁੱਜਦਾ ਕਰਦੀ ਉਧਰ ਮਾਨਾ ਦਾ ਤੇ ਉਹਦਾ ਮੈਚ ਚੱਲਣਾ ਉਧਰ ਸੇਮੀ ਦੇ ਵਿੱਚ ਰੈਫਰੀ ਵੀ ਜਿਹੜਾ ਪੁੱਜਦਾ ਕਰਦੀ ਏ ਔਰ ਕਰਾਂਗੇ ਸ਼ੁਰੂਆਤ ਆਪਾਂ ਬਾਜੀ ਬੱਲੇ ਵਾਲਾ ਸੋਨੂ ਮੋਟੂ ਸਾਡਾ ਵੀਰ ਜਿੱਥੇ ਵਾਸ ਹੁੰਦਾ ਇੱਕ ਰਮੇਸ਼ ਕੁਮਾਰ ਖਾਲੀਆ ਪੁਆਇੰਟ ਦੱਸ ਦੇ ਰਮੇਸ਼ ਕੁਮਾਰ ਬਾਈ ਸੰਪਰਕ ਕਰੇ ਬਣੇ ਰਿਓ ਲਾਈਵ ਨਾਲ ਪੁਆਇੰਟ ਦੱਸ ਦੇ ਤੁਹਾਨੂੰ ਭੰਭੂਰ ਪਿੰਡਾ ਵਿਸ਼ੇਸ਼ ਤੌਰ ਤੇ ਪੁੱਜਿਆ ਜਿੰਨੀ ਉਹ ਕਦਮ ਚੱਲ ਕੇ ਆਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਆ ਬਹੁਤ ਵੱਡਾ ਧੰਨਵਾਦ ਹੈ ਲਾ ਵੀ ਅਮਰ ਸੁਣਿਆ ਯਾਰ ਮੈਚ ਆ ਵੀ ਬਹੁਤ ਚੋਟੀ ਦਾ ਕਦੇ ਖੇਡਿਆ ਜਾਣਾ ਇੱਕ ਪਾਸੇ ਸਹਾਰਨੀ ਵਾਲੇ ਆਹ ਕਦੇ ਮੁੰਡੇ ਆ ਸੈਂਟਰ ਚ ਜੱਗਾ ਖੇਡਦਾ ਨੈਟ ਤੇ ਚੌਧਪ੍ਰਿਆ ਕੋਚ ਹੈ ਜਿਹੜੇ ਕਦੇ 13 ਨੰਬਰ ਦੀ ਟੀ ਸ਼ਰਟ ਕਦੇ ਪਾਈ ਆ ਤੇ ਦੂਸਰੇ ਪਾਸੇ ਆਹ ਮੁੰਡੇ ਕਦੇ ਪਨਿਹਾਰੀ ਵਾਲੇ ਆ ਗਏ ਆ ਲਾ ਵੀ
ਬਾਬੇ ਵਾਲਿਆ ਆਹ ਮੈਚ ਇਹ ਤੰਬਾ ਸੁਣ ਉਹ ਖੜਕੂਗਾ ਗੱਲ ਵੀ ਪੱਕੀ ਆ ਨਵੀਂ ਚੱਕ ਮੈਚ ਕਰ ਗੱਲ ਮੁੰਡਿਆਂ ਦੀ ਵਾਕਿਆ ਮੈਚ ਦੇ ਵਿੱਚ ਵੱਖਰੇ ਬੱਲੇ ਔਰ ਬੜਾ ਨੰਬਰਦਾਰ ਅੱਗ ਕੱਢੀ ਆਉਂਦਾ ਖੱਚ ਨੰਬਰਦਾਰ ਬੱਲੇ ਜਿੱਟਾ ਵੱਡਾ ਦਾੜਾ ਭਰਾ ਸਾਡੇ ਦਾ ਨੰਬਰਦਾਰ ਢਾਬਾ ਵੱਡੀਆਂ ਰਿਪੋਰਟਾਂ ਭਰਾ ਵੱਲੋਂ ਬੰਦ ਹੁੰਦੀ ਨੇ ਕੰਮ ਜਿਹੜਾ ਔਖਾ ਹੋ ਜਾਂਦਾ ਹੈ ਸਿਰਾ ਯਾਰ ਬਣ ਕੇ ਥੋੜਾ ਥੋੜਾ ਦੂਰ ਰਵਾਂਗੇ ਆਪਾਂ ਪੋਲਾ ਤੋਂ ਕਰਨ ਬਰਾੜ ਨੰਬਰਦਾਰ ਢਾਬਾ 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 ਹੋਈ ਪਈ ਹੈ ਨੰਬਰਦਾਰ ਔਰ ਸਾਹਮਣੇ ਇਹਦੇ ਪਾਸੇ ਸ਼ੁਰੂਆਤ ਇਧਰ ਪਨੇਰੀ ਵਾਲੇ ਮੁੰਡੇ ਪਨੇਰੀ ਦੀ ਦੂਜੀ ਸਾਈਡ ਸਾਰਨੀ ਵਾਲੇ ਜੱਗੇ ਹੋਰੀ ਕਰ ਦਿੱਤੀ ਹੈ ਇੱਕ ਮੋਟਰਸਾਈਕਲ ਮਿਲ ਨਾਲ ਨੈਟ ਤੇ ਕੋਜ ਆ ਜੋਧਪੁਰੀਆ ਗੱਲਾਂ ਲੱਗੀਆਂ ਟਿਕਾਣੇ ਇਧਰਲੇ ਪਾਸੇ ਰਾਜਪਾਲ ਇੱਕ ਗੱਡੀ ਸਨਮਾਨ ਦੇ ਵਿੱਚ ਮਿਲੀ ਹੈ ਔਰ ਐਲਈਡੀਆਂ ਜਿੱਤਿਆ ਮੁੰਡਾ ਕਿਹੜੇ ਗੱਲਾਂ ਹੁੰਦੀਆਂ ਆਪਾਂ ਕਹਿ ਰਹੀ ਗੱਲਾਂ ਬੱਕਰ ਕੇ ਹਾਰ ਕੇ ਫਰੋਸ਼ਾ ਬੀ ਨੂੰ ਔਰ ਜੇਤੂ ਖਿਡਾਰੀ ਔਰ ਹਾਰ ਕੇ ਦਿਸ ਰਿਹਾ ਹੈ ਪਰ ਪਾਸੇ ਹਲੇ ਤਜਰਬੇ ਕਹਿ ਰਹੀ ਥੋੜੇ ਘੱਟ ਹੈ ਤੇ ਗੱਲਾਂ ਜਿਹੜੀਆਂ ਲੱਗਣੀਆਂ ਟਿਕਾਣੇ ਜੋਧਪੁਰੀਆ ਕੋਚ ਖੇਡਦਾ ਨੈੱਟ ਦੇ ਉੱਪਰ ਆਪਾਂ ਕਹਿ ਰਹੀ ਸਿਵਿਆਂ ਗਰਾਊਂਡਾਂ ਦੇ ਵਿੱਚ 13 ਨੰਬਰ ਦੀ ਜਰਸੀ ਪਾ ਕੇ ਔਰ ਮੁੰਡਾ ਖੇਡਦਾ ਹੈ ਇਸ ਮੁੰਡੇ ਨੇ ਵੀ ਕਹਿ ਰਹੀ ਕੱਚੀ ਦੀ ਦੁਨੀਆਂ ਦੇ ਵਿੱਚ ਤਹਿਲਕਾ ਮਚਾਇਆ ਹੈ ਤੇ ਆਪਣੀ ਜ਼ਿੰਦਗੀ ਦਾ ਪਹਿਲਾ ਸਾਈਕਲ ਕਹਿ ਰਹੀ ਭਗਵੰਤ ਮਾਨ ਦੇ ਪਿੰਡੋਂ ਜਿੱਤ ਕੇ ਬੱਲੇ ਬੱਲੇ ਕਰਾਈਆ ਹੈ ਔਰ ਸਾਹਮਣੇ ਸਟੋਰ ਪਿੰਡ ਦੇ ਵਿੱਚੋਂ ਕਹਿ ਰਹੀ ਨੇ ਉਹ ਇੱਕ ਸਾਈਕਲ ਜਿੱਤ ਕੇ ਬੱਲੇ ਬੱਲੇ ਕਰਾਈਆ ਹੈ ਪਿਛਲੇ ਦਿਨ ਖੇਡੇ ਵੱਡੇ ਵੱਡੇ ਕੱਪਾਂ ਦੇ ਲਈ ਉੱਪਰ ਕੱਪਾਂ ਕੱਚੀ ਦੀ ਖਿਡਾਰੀ ਕੀਦੇ ਮਾਣ ਕਰੇਗਾ ਸਾਰੀ ਦੁਨੀਆ ਇੱਥੇ ਬੈਠੀ ਲੁੱਟਣ ਲਈ ਆ ਧੰਨਵਾਦ ਮਾਣ ਕਰੇਗਾ ਸਾਰੀ ਦੁਨੀਆ ਬੈਠੀ ਲੁੱਟਣ ਲਈ ਇਹਦੇ ਪਾਸੇ ਤਕੜਾ ਹੋ ਕੇ ਉਹ ਮੇਲਾ ਜਿਹੜਾ ਲੁੱਟਣਾ ਪੈਣਾ ਹੈ ਜਿਹੜਾ ਜਿੱਤ ਗਿਆ ਤੇ ਗਰਾਊਂਡ ਦੇ ਵਿੱਚ ਹੀ ਰਹੇਗਾ ਮੁਕਾਬਲਾ ਖੇਡੇ ਜਾਊਗਾ ਫਿਰੋਜ਼ਸ਼ਾਹ ਦੀ ਬੀ ਟੀਮ ਦੇ ਨਾਲ ਟੀਮ ਨੇ ਫਿਰੋਜ਼ਸ਼ਾਹ ਬੀ ਨਾਲ ਖੇਡਣਾ ਸੈਮੀ ਬੋਲ ਬਾਬਾ ਘੁੰਮਣ ਸ਼ਾਹ ਮਹਾਰਾਜ ਕੀ ਆਵਾਂਗੇ ਜਲਦੀ ਦੇ ਨਾਲ ਸੋਨਮ ਨੱਪੀ ਆ ਗਈ ਅਗਲਾ ਮੈਚ ਫਿਰੋਜ਼ਸ਼ਾਹ ਬੀ ਨਾਲ ਆ ਮੈਚ ਦੀ ਜੇਤੂ ਸੈਮੀ ਮੈਚ ਮੱਲੇ ਵਾਲੇ ਦਾ ਵੱਡਾ ਕੱਪ ਤੇ ਬਾਬਾ ਘੁੰਮਣ ਸ਼ਾਹ ਜੀ ਦੀ ਪਾਵਨ ਪਵਿੱਤਰ ਧਰਤੀ ਕਿਆ ਹੀ ਮੈਚ ਹੁੰਦੇ ਵੀਰੇ ਥੈਂਕ ਯੂ ਵੀਰੇ ਅਮਨ ਚੋਰੜਾ ਅਮਨ ਢਾਬਾ ਧੰਨਵਾਦ ਧੰਨਵਾਦ ਢਾਬਾ ਲਿਓ ਗੋਪਾ ਮਾਨ ਹਰ ਗਿਆ ਵੀਰੇ ਗੋਪੇ ਹੋਰੀ ਫਿਰੋਜ਼ਸ਼ਾਹ ਬੀ ਨੂੰ ਪਨਿਆਰੀ ਤੇ ਸਾਰਨੀ ਦਾ ਚੱਲਦਾ ਹੋਇਆ ਮੈਚ ਇਕੱਠ ਬਹੁਤ ਹੈ ਹਰਿਆਣੇ ਦੇ ਕੱਪਾਂ ਦੇ ਰਿਕਾਰਡ ਤੋੜ ਇਕੱਠ ਹੁੰਦਾ ਮੁੰਡਿਓ ਅਗਲੇ ਮੈਚ ਵੀ ਐਨ ਨਾਗ ਨਾਚੇਗੀ ਆ ਜੂਮ ਜੂਮ ਕੇ ਆ ਨਾਗ ਨਾਚੇਗੀ ਪਾਸੇ ਲਾਸਟ ਕੁਆਟਰ ਜਿਹੜਾ ਚੱਲਦਾ ਇਹਦੇ ਪਾਸੇ ਸੁਖਦੀਪ ਸੁਖਦੀਪ ਮਾਨ ਮਨੀਲਾ ਆ ਵਾਹ ਮਨੀਲਾ ਵਾਲਿਆ ਜੱਟਾ ਇਹ ਵੀ ਫਲੈਸ਼ ਬੰਦ ਰੱਖੋ ਮੇਰਾ ਵੀਰ ਔਰ ਬੈਰ ਜਿਹੜਾ ਆਪਾਂ ਉਧਰਲੇ ਪਾਸੇ ਥੈਂਕ ਯੂ ਸੁਦੀਪ ਲਵ ਯੂ ਬ੍ਰੋ ਰੱਖਾਂਗੇ ਆਪਾਂ ਤੱਕ ਰਹੇ ਲਵ ਯੂ ਨੰਬਰਦਾਰ ਇਸ ਤੋਂ ਬਾਅਦ ਮੈਚ ਬੜਾ ਟੌਪ ਦਾ ਖੇਡਿਆ ਜਾਣਾ ਆ ਮੈਚ ਦੀ ਜੇਤੂ ਤੇ ਟੱਕਰ ਫਿਰੋਜ਼ਸ਼ਾਹ ਬੀ ਨਾਲ ਸੈਮੀ ਟੀਮ ਨੇ ਜਿੱਤ ਕੇ ਔਰ ਫਿਰੋਜ਼ਸ਼ਾਹ ਵੀ ਖੇਡਣਾ ਸੈਮੀ ਗੱਲਾਂ ਸਮੇਂ ਦੀ ਹੋਣੀ ਇਧਰਲੇ ਪਾਸੇ ਕਮੈਂਟ ਨਹੀਂ ਸ਼ੋ ਹੋਇਆ ਮੇਰੇ ਕੋਲ ਪਹਿਲਾਂ ਹੁਣ ਲੱਗੀਆਂ ਅਮਨ ਦਾ ਮਹਿਮਾਨਾਂ ਦੀ ਟੀਮਾਂ ਅਮਨ ਦਾ ਬਾਲਾ ਆਪਣੇ ਸਾਹਮਣੇ ਹੋ ਰਹੀਆਂ ਪਹਿਲੇ ਸੈਮੀ ਦੇ ਵਿੱਚ ਇਹ ਪੰਜ ਬਾਲਾਂ ਦਾ 500 ਅਮਰੀਕ ਭਰਾ ਸਾਡਾ ਕਿਹਦਾ ਹਰ ਬਣ 500 ਦਾ ਕਿਹਦੇ ਵੱਲੋਂ ਇਹ
ਆਵਾਜ਼ ਸੁਣਦਾ ਤੇ ਗੱਡੀ ਭਰਾ ਦੇ ਨਾਲ ਸੰਪਰਕ ਕਰ ਲਈਏ ਮਾਣਾ ਭਰਾ ਸਾਡਾ ਜਿੱਥੇ ਔਰ ਸੰਪਰਕ ਜ਼ਰੂਰ ਕਰ ਦੇਵਾਂਗੇ ਆਪਾਂ ਖਿੱਚ ਤਿਆਰੀ ਮਿੱਤਰਾ ਮੈਚ ਇੱਕ ਪਾਸੇ ਜਿੱਤਾ ਇੱਕ ਪਾਸੇ ਔਰ ਖੇਡ ਜੇ ਤੱਕ ਟੀਮ ਪੱਡੀ ਹੈ ਸਾਹਮਣੇ ਪਰ ਜਿੱਤਿਆ ਤੇ ਗੱਲਾਂ ਜਿਹੜੀਆਂ ਬਣ ਜਾਣੀਆਂ ਮੈਂ ਵੀ ਦੱਸੀਏ ਸੋਹਣੇ ਵੀਰਾ ਕਿੰਨੇ ਕਿੰਨੇ ਨੰਬਰ ਨੰਬਰ ਜ਼ਰੂਰ ਦੱਸਾਂਗੇ ਆਪਾਂ ਕਿੰਨੇ ਕਿੰਨੇ ਨੰਬਰ ਸਰਜੀਤ ਕਮੋਜ ਬੁਲਾਤਾ ਸੀਗਾ ਜੀ ਬੁਲਾਤਾ ਸੀ ਮੈਂ ਵੀ ਦੱਸ ਦਿਓ ਯਾਰ ਨੰਬਰ ਕਿੰਨੇ ਕਿੰਨੇ ਆ ਔਰ ਗੋਲਡੀ ਕਮੋਜ ਬਾਬਾ ਧੰਨਵਾਦ ਰਾਮ ਰਾਮ ਜੀ ਰਾਮ ਰਾਮ ਕਬਾਲ ਜਿਹੜੀ ਫਾਇਰ ਕਰ ਦਿੱਤੀ ਨੰਬਰ ਛੇਵਾਂ ਲੱਗ ਗਿਆ ਐ ਕਰ ਬਾਈ ਉਧਰੋਂ ਇੱਕ ਕਮੈਂਟਰ ਬੁਲਾ ਇਧਰਲੇ ਪਾਸੇ ਹਾਂਜੀ ਹਾਂਜੀ ਬਿਲਕੁਲ ਜਿਹੜੀ ਟੀਮ ਬਾਈ ਦੀ ਜਿੱਤੂਗੀ ਗਰਾਊਂਡ ਦੇ ਵਿੱਚ ਹੀ ਰਹੂਗੀ ਟੀਮ ਉਧਰੋਂ ਇੱਕ ਫਰੋਸ਼ਾ ਬੀ ਦੇ ਨਾਲ ਮੈਚ ਜਿਹੜੇ ਖੇਡੇ ਜਾਣਗੇ ਜਿਹੜੀ ਟੀਮ ਜਿੱਤੂਗੀ ਔਰ ਗਰਾਊਂਡ ਦੇ ਵਿੱਚ ਹੀ ਰਹੇਗੀ ਮੁਕਾਬਲੇ ਜਿਹੜੇ ਅਗਲੇ ਸੈਮੀ ਖੇਡੇ ਜਾਣਗੇ ਦੂਜਾ ਸੈਮੀ ਜਿਹੜਾ ਖੇਡੇ ਜਾਣਾ ਹੈ ਲਾਸਟ ਕੁਆਟਰ ਫੇਰ ਤਬਦੀਲੀਆਂ ਜਿਹੜੀਆਂ ਹੋਈਆਂ ਵਾਲੇ ਇੱਕ ਪਾਸੇ ਆਹ ਜਿਹੜਾ ਕਰ ਦਿੱਤਾ ਮੁੰਡਿਆਂ ਨੇ ਨੰਬਰਦਾਰ ਸੋਢੀ ਕਰਦਾ ਟਰਾਈਆਂ ਕਰਦਾ ਸਾਹਮਣੇ ਆਪਾਂ ਤਕੜੇ ਬਾਲਾਂ ਔਰ ਟੌਪ ਦੀਆਂ ਜਿਹੜੀਆਂ ਬਹੁਤ ਧੰਨਵਾਦ ਕਿਸੇ ਗੱਲ ਤੇ ਇਹ ਵੀ ਗੱਲਾਂ ਜਿਹੜੀਆਂ ਪੱਕੀਆਂ ਨੇ ਔਰ ਤਕੜੇ ਜਿਹੜਾ ਹੋਣਾ ਪੈਣਾ ਪਰ ਇੱਥੇ ਰੱਖ ਉਹਨਾਂ ਨੇ ਇੱਕ ਬੰਦਾ ਲੱਭ ਲਿਆ ਔਰ ਬਾਲਾਂ ਉਹਦੇ ਵੱਲ ਨੂੰ ਬੱਲੇ ਢਾਬਾ ਵਾਲਾ ਜੱਟ ਵੀਰਿਆ ਹੋਇਆ ਉਧਰ ਔਰ ਸਿੱਧੀਆਂ ਢਾਬਾ ਵਾਲਾ ਜੱਟ ਵੀਰਿਆ ਹੋਇਆ ਗਲਤੀਆਂ ਵੱਡੀਆਂ ਖਿੱਚ ਖਿੱਚ ਜੱਟਾਂ ਖਿੱਚ ਗਾ ਮੈਨੂੰ ਨੰਬਰਦਾਰ ਲਾਟ ਮਰਾਈ ਆਉਂਦਾ ਨੰਬਰਦਾਰ ਲਾਟ ਮਰਾਈ ਆਉਂਦਾ ਇੱਧਰ ਇੰਤਜ਼ਾਰ ਜਿਹੜੇ ਕੀਤੇ ਜਾ ਰਹੇ ਹੈ ਉਧਰ ਵੀਰੇ ਵਾਲੀਬਾਲ ਸ਼ੂਟਿੰਗ ਸਵਾਦ ਵਾਲਾ ਪੇਜ ਅਮਰੀਕ ਸਮਰਾ ਭੈਣੀ ਚੂੜ ਰਵੀ ਢੋਡ ਹਰਪ ਹਰਪਾਲ ਭਾਈ ਗਮਾਨੀ ਵਾਲਾ ਬਹੁਤ ਧੰਨਵਾਦ ਕਮੈਂਟਰੀ ਦੇ ਨਵੀਂ ਮੰਗਾਲਾ ਤੇ ਹੈਪੀ ਸਾਹਮਣੇ ਰੌਲਾ ਰੱਪਾ ਦੇਖਾਂਗੇ ਕਿੱਦਾਂ ਬਣਦਾ ਨੰਬਰ ਪਹਿਲਾ ਜੁੜ ਗਿਆ ਮੇਰੇ ਹਿਸਾਬ ਦੇ ਨਾਲ ਇੱਕ ਤੇ ਛੇ ਦੀ ਟੱਕਰ ਹੈ ਖੇਡਦੇ ਬਦਾਮ ਦਿੰਦਰ ਇੱਕ ਤੇ ਛੇ ਦੀ ਟੱਕਰ ਹੈ ਹੁਣ ਬਾਤਾਂ ਜਿਹੜੀਆਂ ਸਾਂਝੀਆਂ ਕੀਤੀਆਂ ਤੇ ਹੁਣ ਫੇਰ ਤੋਂ ਤਿਆਰੀਆਂ ਜਿਹੜੀਆਂ ਖਿੱਚੀਆਂ ਹੈ ਮੈਚ ਇੱਕ ਨੰਬਰ ਗਰਾਊਂਡ ਤੇ ਵੀ ਟੌਪ ਦਾ ਚੱਲ ਰਿਹਾ ਇੱਕ ਪਾਸੇ ਮਸੁੰਡੇ ਵਰਗੇ ਮੁੰਡੇ ਬੰਬੀਹੇ ਵਾਲਾ ਬੱਬੂ ਤੇ ਨਾਲ ਸੇਮੀ ਵਰਗੇ ਖਿਡਾਰੀ ਜਿਹੜੇ ਖੇਡਦੇ ਆ ਦੂਜੇ ਪਾਸੇ ਨਿੱਕਾ ਦੇ ਨਾਲ ਮੋਟੇ ਦੀ ਜੋੜੀ ਖੇਡਦੀ ਹਰਕ ਸਿੰਘ ਵਾਲੀ ਦੀ ਵੱਡੀ ਚੋਣ ਜਿਹੜੀ ਨੈਟ ਦੇ ਉੱਪਰ ਹੋਈ ਹੈ ਹਰ ਦੇਖਾਂਗੇ ਗੱਲਾਂ ਕਿੱਦਾਂ ਦੀ ਵੜਦੀਆਂ ਸਾਰਨੀ ਦੀ ਟੀਮ ਜਿੱਤਦੀ ਹੈ ਜੀ ਆਪਾਂ ਗਿਆਰਾਂ ਹਜ਼ਾਰ ਦੇ ਦਿੰਦੇ ਆ ਟੀਮ ਅਨੁਜ ਭਰਾ ਸਾਡਾ ਔਰ ਕਹਿੰਦੇ ਵੀ 11,000 ਦੇ ਦੇਣਗੇ ਪਰ ਕੰਮ ਜਿਹੜਾ ਔਖਾ ਹੁਣ ਟੀਮ ਵੱਡੀ ਨਾ ਪੇਚੇ ਪੈ ਗਏ ਆ ਲੈ ਬਾਈ ਲਾਈਟਾਂ ਯਾਰ
ਇੱਦਾਂ ਹੀ ਛੱਡਦੇ ਤੁਸੀਂ, ਇਹਦੇ ਖੇਡੇ ਨਹੀਂ ਛੱਡਦੇ ਜਿੰਨਾ ਚਿਰ ਟੂਰਨਾਮੈਂਟ ਨਹੀਂ ਸਮਾਪਤ ਹੋਣਾ। ਮੈਂ ਵੀ ਆਪਣੇ ਉਹਦੇ 'ਤੇ ਵੀ ਟੇਪ ਲਾ ਦੀ ਬਾਈ ਬਣ ਕੇ, ਇਹ ਗੱਲ ਬਣ ਸਕਦੀ ਹੈ ਤਾਂ ਜ਼ਰੂਰ ਬਣਾਵਾਂਗੇ ਆਪਾਂ। ਉਹਦਲੇ ਪਾਸੇ ਫਿਰ ਵਿਆਹਤਬੰਦੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ, ਵੱਡੀ ਟੀਮ ਦੇ ਨਾਲ ਪੇਚੇ ਜਿਹੜੇ ਵੱਡੇ ਪੈ ਗਏ ਆ, ਔਰ ਸਾਹਮਣੇ ਦੂਜੇ ਸੈਮੀ ਦੇ ਵਿੱਚ ਗੱਲਾਂ ਲੱਗਣੀਆਂ ਟਿਕਾਣੇ। ਜਿਹੜੀ ਟੀਮ ਜਿੱਤ ਗਈ ਤੇ ਗਰਾਊਂਡ ਦੇ ਵਿੱਚ ਹੀ ਰਹੂ। ਓਕੇ ਓਕੇ ਮਨਦੀਪ, ਅਗਲੇ ਮੈਚ ਐਨ ਉੱਡਣੀ ਹੈ ਡੋਰੀਏ, ਟਾਪ ਦਾ ਲੱਗਾ ਓ ਅਗਲੇ ਮੈਚ ਉੱਡਣੀ ਹੈ ਡੋਰੀਏ। ਵੱਡੇ ਇਤਿਹਾਸ ਜਿਹੜੇ ਸਰਗਰਦ ਨੇ ਦਿੱਲੀ ਆ ਫਰੋਜ਼ਾ ਵੀ, ਕਿਆ ਮੈਚ ਦੀ ਜੇਤੂ ਸੈਮੀ ਮੈਚ ਸੋਢੀ ਸੈਕਿੰਡ ਤੱਕ ਦੇ ਟਰਾਈਆਂ ਦੀ ਕਰਦਾ ਹੈ। ਲਾਡੀ ਦੇ ਚਰਚੇ ਵੱਡੇ ਆ ਉਹਦੇ ਪਾਸੇ, ਇੱਥੇ ਰੱਖ ਇੱਥੇ ਰੱਖ। ਲੈ ਰਾਜਪਾਲ, ਮੈਨੂੰ ਲੱਗਦਾ ਤੇਰੇ ਪਿੰਡ ਦਾ ਹੀ ਆ ਮੁੰਡਾ, ਇਹ ਜਿਹੜਾ ਮੁੰਡਾ ਜਿਹੜੇ ਬਾਲ ਮੋੜੀ ਹੈ ਨਾ, ਪਨਿਆਰੀ ਦਾ ਹੀ ਆ ਮੈਨੂੰ ਲੱਗਦਾ ਹੈ। ਔਰ ਮੁੰਡੇ ਨੇ ਟਾਓ ਦੀ ਬਾਲ ਜਿਹੜੀ ਮੋੜੀ ਆ, ਮੈਂ ਪਹਿਲਾਂ ਦੱਸਿਆ ਨਾ ਪਨਿਆਰੀ ਪਿੰਡ ਤੇ ਬਾਲੀਵਾਲ ਦੀ ਨਰਸਰੀ ਹੈ, ਨਵੇਂ ਨਵੇਂ ਖਿਡਾਰੀ ਜਿਹੜੇ ਤਿਆਰ ਹੁੰਦੇ ਆ ਤੇ ਗੱਲਾਂ ਲੱਗਦੀਆਂ ਟਿਕਾਣੇ। ਔਰ ਸਾਹਮਣੇ ਤੱਕਾਂਗੇ ਟਾਓ ਟਾਓ ਦੇ ਖਿਡਾਰੀ, ਛੋਟੀ ਉਮਰਾਂ ਦੇ ਵਿੱਚ ਬੱਲੇ ਬੱਲੇ ਕਰਾਉਣ ਵਾਲੇ ਖਿਡਾਰੀ, ਔਰ ਬੱਲੇ ਬੱਲੇ ਜਿਹੜੇ ਕਰਾ ਰਹੇ ਆ। ਔਰ ਖੈਰੇ ਕਾ ਵੀ ਟੀਮ ਵੀ ਸਾਡੇ ਦਰਮਿਆਨ ਪਹੁੰਚੀ ਹੋਈ, ਵੀਰ ਕਹਿੰਦੇ ਵੀ 1100 ਆਪਣੇ ਵੀ ਪਾ ਦਿਓ ਜੇ ਟੀਮ, ਸਹਾਰਨੀ ਦੀ ਮੈਚ ਜਿੱਤੀ ਚੱਲਦਾ ਮੈਚ, ਔਰ ਸਹਾਰਨੀ ਦੀ ਟੀਮ ਜੇ ਜਿੱਤੀ ਇਹਦੇ 1100 ਜਿਹੜਾ ਦਿੱਤਾ ਜਾਣਾ ਹੈ। ਗੱਲਾਂ ਲੱਗਣੀਆਂ ਟਿਕਾਣੇ ਸਾਹਮਣੇ, ਇੱਥੇ ਰੱਖ ਬਾਗੜੀ, ਬੱਲੇ 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 ਹੱਲਾ ਗੱਲਾ, ਵਧੀਆ ਵਧੀਆ ਜੰਟਾ ਬਰਾੜ ਖੜਕਾ ਦਰ, ਵਧੀਆ ਵਧੀਆ ਜੰਟੇ ਬਾਈ, ਕੀ ਹਾਲ ਚਾਲ, ਨੰਬਰਦਾਰ ਢਾਬਾ ਚੂਰੀਆ ਉਸ ਵਾਲੇ, ਔਰ ਸਾਰਨੀ ਦੀ ਟੀਮ ਦੇ ਲਈ 1100 ਜਿਹੜਾ ਹੋਣਾ, ਚੂਰੀਆ ਉਸ ਵਾਲੇ ਭਰਾ ਸਾਡੇ ਕਹਿੰਦੇ ਵੀ 1100 ਜਿਹੜਾ ਆਪਣਾ ਵੀ ਕਰ ਦੋ ਜੇ ਟੀਮ ਸਾਰਨੀ ਜੀ ਜਿੱਤਦੀ ਹੈ। ਤੇ ਆਹ ਸਾਹਮਣੇ ਵੱਡੇ ਟੋਟਲ ਤੇ ਬਹੁਤ ਹੋ ਗਏ, ਹੁਣ ਹਿਸਾਬ ਤੁਸੀਂ ਲਾ ਲਓ, ਮੇਰਾ ਮੈਚ ਤੇ ਬਹੁਤ ਵੀਕ ਹੈ ਪਹਿਲਾਂ ਹੀ। ਔਰ ਸਾਹਮਣੇ 552 ਭਰਾ ਸਾਡਾ ਕਹਿੰਦੇ ਵੀ ਆਪਾਂ ਵੀ ਦੇ ਦੇਣਾ, ਔਰ ਸੁਖਦੀਪ ਮਾਨ ਮਨੀਲਾ ਆਪੇ ਲਾ ਲਿਓ, ਧੰਨਵਾਦ ਧੰਨਵਾਦ ਸੁਖਦੀਪ ਮਾਨ ਮਨੀਲਾ, ਸੂਰਜ ਕੇਰੀਆਂ ਧੰਨਵਾਦ ਸਾਰਿਆਂ ਦਾ, ਹਾਸਲ ਹੋ ਜਾਣੀ ਵੀ ਗੱਲਾਂ ਪੱਕੀ ਹੈ। ਪਰ ਅਗਲੇ ਮੈਚ ਨੇ ਦੁੱਖ ਤੋੜ ਦੇਣੇ ਆ, ਜਿੱਤੇ ਜਾਣੇ ਵੀ ਗੱਲਾਂ ਪੱਕੀ ਆ, ਅਗਲੇ ਮੈਚ ਨੇ ਦੁੱਖ ਤੋੜ ਦੇਣੇ ਆ ਪੈਣੀ। ਉਹਦੇ ਪਾਸੇ ਪ੍ਰਿੰਸ ਫੇਰ ਸਰਵਿਸ ਕਰਨ ਦੇ ਲਈ ਤਿਆਰ ਵਰ ਤਿਆਰ, ਔਰ ਸਾਹਮਣੇ ਸਰਵਿਸ ਜਿਹੜੀ ਹੋ ਗਈ ਹੈ ਵਧੀਆ ਜੀ ਵਧੀਆ, ਸਿੱਧੂ ਹੋਣੀ ਅਮਰਿੰਦਰ ਨਿਊਜ਼ੀਲੈਂਡ ਮੁੱਕ ਜਾਣੀਆਂ, ਸਿੱਧੂ ਹੋਣੀ ਅਮਰਿੰਦਰ ਨਿਊਜ਼ੀਲੈਂਡ, ਬਹੁਤ ਬਹੁਤ ਧੰਨਵਾਦ, ਤੱਕੀ ਜਾਂਦੇ ਵੀ ਕਦੋਂ ਵਾਪਸੀ ਜਿਹੜੀ, ਨੰਬਰਦਾਰ ਉਧਰੋਂ ਆ ਜਾਂਦੇ ਕਮੈਂਟੇਟਰ ਨੂੰ, ਇੱਧਰ ਆ ਜਾਂਦੇ ਫਿਰ ਆਪਾਂ ਕਰਾਵਾਂਗੇ ਰੋਮੈਂਟ ਮੇਰਾ ਬਾਈ, ਲੋਕ ਅੰਦਾਜ਼ੇ ਲਾ ਰਿਹਾ ਹੈ ਸੁਖੇ ਮਹਿਤਾਬ, ਉਧਰੋਂ ਆ ਜਾਂਦੇ ਕਮੈਂਟੇਟਰ ਨੂੰ, ਇੱਧਰ ਸਾਈਡ ਨਹੀਂ ਉਹਨਾਂ ਨੇ ਰੋਟੀ ਖਾਣ ਗਿਆ, ਖੜਕਾ ਦੜਕਾ ਤੇ ਕਰਨਾ ਪੈਣਾ ਹੈ, ਖੜਕਾ ਦੜਕਾ ਤੇ ਕਰਨਾ ਪੈਣਾ ਹੈ। ਤੇ ਸਾਹਮਣੇ ਸਾਈਡਾਂ ਜਿਹੜੀਆਂ ਚੇਂਜ ਨੇ, ਸਾਈਡਾਂ ਚੇਂਜ, 8 ਹੋ ਗਏ ਜਾਂ 9 ਹੋ ਗਏ, 9 ਹੋ ਗਏ ਜੀ। ਓ ਬੱਲੇ ਸੁਦੀਪ ਮਰਫੂਡ ਵਾਲੇ ਭਰਾ ਸੁਦੀਪ ਮਨੀਲਾ, ਸਾਰਨੀ ਦੀ ਟੀਮ ਨੂੰ ਸਿੱਧੂ ਹਨੀ ਅਮਰਿੰਦਰ ਨਿਊਜ਼ੀਲੈਂਡ, ਭਨਿਆਰੀ ਦੇ ਸਾਰਨੀ ਦਾ ਚੱਲਦਾ ਹਨੀ ਬਾਈ, ਕਰਨ ਦੀ ਫਰੋਸ਼ਾ ਨੈਕਸਟ ਮੈਚ ਆ ਫਰੋਸ਼ਾ ਵੀ ਦਾ, ਮੇਰੀ ਜਿੰਨੇ ਦਰਸ਼ਕ ਵੀਰ ਖੜੇ ਆ, ਔਰ ਆਪਣੇ ਆਪਣੇ ਵਹੀਕਲਾਂ ਦਾ ਧਿਆਨ ਵੀ ਰੱਖਾਂਗੇ ਆਪਾਂ, 84-11 ਬਾਈਕ ਇੱਕ ਸਪਲੈਂਡਰ, ਥੈਂਕ ਯੂ ਥੈਂਕ ਯੂ ਮਿਲਖਰਾਜ ਜੀ, ਔਰ ਰਵੀਰ ਬੇਰਵਾਲ ਜੇ ਕਿਸੇ ਵੀਰ ਨੇ ਦੇਖਿਆ ਤੇ ਜਰੂਰ ਸੰਪਰਕ ਕਰਾਂਗੇ, ਜੇ ਨਾ ਮਿਲਿਆ ਤੇ ਫਿਰ ਬਾਈ ਨੂੰ ਤਾਂ ਮੇਲਾ ਯਾਦ ਰਹੂਗਾ, ਇਹ ਵੀ ਗੱਲ ਪੱਕੀ ਹੈ। ਔਰ ਗੋਪਾ ਮਾਨ ਹਰ ਗਿਆ ਜੀ, ਫੇਰ ਲੱਗਣਾ ਵੀ ਮੱਲੇ ਵਾਲੀ ਮੇਲੇ ਤੇ ਗਏ ਸੀ ਤੇ ਆਹ ਕੁਝ ਹੋ ਗਿਆ, ਹੱਸਣ ਖੇਡਣ ਦੀ ਗੱਲਾਂ ਬਾਅਦ ਚ ਬਾਈ, ਆਪਣੇ ਆਪਣੇ ਵਹੀਕਲਾਂ ਦੇ ਧਿਆਨ ਜਿਹੜੇ ਜਰੂਰ ਰੱਖਾਂਗੇ ਆਪਾਂ।
ਔਰ ਬੈਚ ਤੇ ਵਾਕਿਆ ਟਾਪ ਦੇ ਪਰ ਕਈ ਵਾਰ ਆਪਾਂ ਵਿਕਲਾਂ ਦੇ ਧਿਆਨ ਜਿਹੜੇ ਭੁੱਲ ਜਾਂਦੇ ਆਪਾਂ ਮੈਚ ਦੇ ਵਿੱਚ ਬਿਜੀ ਹੁੰਦੇ ਹਾਂ ਔਰ ਮੇਲੇ ਦੇ ਵਿੱਚ ਕਹਿ ਰਹੀ ਵੀ ਹਰੇਕ ਤਰ੍ਹਾਂ ਦੇ ਬੰਦੇ ਆਉਂਦੇ ਆ ਔਰ ਥੋੜਾ ਧਿਆਨ ਦੇਵਾਂਗੇ ਆਪਾਂ ਇਹਦੇ ਪਾਸੇ ਅਟੈਕ ਟਾਪ ਦਾ ਪ੍ਰਹਾਰੀ ਵਾਲਾ ਕੰਪਿਊਟਰ ਸਾਹਮਣੇ ਤੱਕਾਂਗੇ ਬਾਲਾ ਲਗਾਤਾਰ ਥਾੜ ਥਾੜ ਲਾਈ ਆਉਂਦਾ ਹੈ ਇਹਨੇ ਕਿਹਾ ਵੀ ਐਤਕੀ ਦੇ ਸੀਜ਼ਨ ਵੱਡੇ ਖਿਤਾਬ ਜਿੱਤੇ ਤਿੰਨ ਤਿੰਨ ਮੇਲੇ ਚਾਰ ਚਾਰ ਮੇਲੇ ਲਗਾਤਾਰ ਬੈਸਟ ਰਹਿ ਗਏ ਤੇ ਬੱਲੇ ਬੱਲੇ ਕਰਾਈਆ ਔਰ ਗੱਲਾਂ ਲਾਈਆਂ ਟਿਕਾਣੇ ਇਹਦੇ ਪਾਸੇ ਟਰਾਈਆਂ ਵੱਡੀਆਂ ਹੁਣ ਸਹਾਰੀਆਂ ਵਾਲੇ ਤਿਆਰ ਹੋਇਆ ਹੈ ਪਰ ਗਲਤੀਆਂ ਫੇਰ ਵੱਡੀਆਂ ਜਿਹੜੀਆਂ ਕਰ ਦਿੱਤੀਆਂ ਹੈ ਮੈਂ ਪਹਿਲਾਂ ਦੱਸਿਆ ਵੀ ਜਲਦੀ ਦੇ ਨਾਲ ਆਪਾਂ ਲਵੀ ਰੈਫਰੀ ਵੀ ਪਹਿਲਾਂ ਹੀ ਲੱਭ ਲਿਓ ਹੁਣ ਕੋਈ ਗੱਲ ਨੀ ਕੋਈ ਗੱਲ ਨੀ ਔਰ ਕੋਈ ਖਾਸ ਸਮਾਂ ਲਾਉਣਾ ਨੀ ਆਪਾਂ ਮੈਚ ਤੋਂ ਬਾਅਦ ਔਰ ਮੈਚ ਜਿਹੜਾ ਦੂਜਾ ਸੈਮੀ ਵੀ ਕਰਾਵਾਂਗੇ ਸ਼ੁਰੂਆਤ ਉਹਦੇ ਪਾਸੇ ਭੱਟੀਆਂ ਦੇ ਮਾਨਾਂ ਦੀ ਟੀਮਾਂ ਜਿਹੜੀ ਖੇਡਦੀਆਂ ਪਹਿਲਾਂ ਸੈਮੀ ਔਰ ਸਾਹਮਣੇ ਇੱਥੇ ਰੱਖ ਜਦੋਂ ਨੰਬਰ ਉੱਧਰ ਜੁੜਦਾ ਤੇ ਫਿਰ ਲੋਕੀ ਆਪੇ ਤਾੜੀਆਂ ਮਾਰ ਦਿੰਦੇ ਫਿਰ ਲੋਕ ਆਪ ਬੁਖਾਰੇ ਤਾੜੀਆਂ ਵੀ ਮਾਰ ਦਿੰਦੇ ਆ ਗੱਲਾਂ ਵੀ ਪੱਕੀਆਂ ਪਰ ਸਾਹਮਣੇ ਵਾਪਸੀਆਂ ਹੁੰਦੀਆਂ ਜਾਂ ਨਹੀਂ ਆਇਆ ਜੀ ਗੱਲਾਂ ਦੇਖਣ ਜੋ ਪਰ ਸਾਹਮਣੇ ਕੰਪਿਊਟਰ ਬੱਲੇ ਬੱਲੇ ਕਰਾ ਗਿਆ ਲੈਵਰੇ ਫਰੋਸ਼ ਵਾਲੇ ਮੁੰਡੇ ਵੀ ਬਿਲਕੁਲ ਗਰਾਊਂਡ ਦੇ ਵਾਰਮ ਅਪ ਰਹਿਣਗੇ ਕੁਝ ਕੁ ਸਮਾਂ ਜਿਹੜਾ ਬਾਕੀ ਰਹਿ ਗਿਆ ਚੱਲਦੇ ਹੋਏ ਜਿਹੜੀ ਟੀਮ ਜਿੱਤ ਗਈ ਉਹਨੂੰ ਸੁੱਖ ਦਾ ਸਾਹ ਲੱਭੇ ਵਰਗੇ ਪੱਟਾਂ ਦੇ ਦੋਨੇ ਟੌਪ ਦੀਆਂ ਟੀਮਾਂ ਨੇ ਲਾਈ ਸਹਾਰਨੀ ਵਾਲਿਆ ਜੇ ਮੈਚ ਜਿੱਤਣਾ ਤੇ ਜ਼ੋਰ ਕਦੇ ਪਾਲਾ ਲਾਉਣਾ ਪੈਣਾ ਕਿਉਂ ਪੱਠੇ ਵੱਢ ਜ਼ੋਰ ਪਾਲਾ ਲਾਉਣਾ ਪੈਣਾ ਜੇ ਸਹਾਰਨੀ ਵਾਲੇ ਮੁੰਡਿਆਂ ਨੇ ਜਿੱਤਣਾ ਇਹ ਗੱਲਾਂ ਟਿਕਾਣੇ ਲਾਉਣੀਆਂ ਪੈਣੀਆਂ ਜੱਗਿਆ ਤੈਨੂੰ ਚਾਹੁਣ ਵਾਲੇ ਚਾਰ ਸਪੇਰੇ ਖੜੇ ਆ ਤੇ ਕਹਿੰਦੇ ਜੋਧਪੁਰੀ ਕੋਚ ਨੂੰ ਇਹਦਾ ਬੋਲ ਵਾਲਾ ਵੱਡਾ ਵੀ ਆਉਂਦੀ ਜਾਂਦੀ ਬਾਲ ਫੜ ਕੇ ਹੁਣ ਧੱਫੜ ਉਹ ਟੱਪਾ ਕੋਈ ਪਾਵੇ ਤੇ ਗੱਲ ਕਦੇ ਟਿਕਾਣੇ ਲਾਵੇ ਤੇ ਭੜਿਆਰੀ ਵਾਲੇ ਉਹ ਕਦੇ ਕਿੱਲੀ ਨੱਪੀ ਆਉਂਦੇ ਆ ਧੁੱਕੀ ਕੱਢੀ ਆਉਂਦੇ ਆ ਤੇ ਗਲਤੀ ਪਾਗੜੀ ਇੱਕ ਵੱਡੀ ਕਰ ਗਿਆ ਖੇਡ ਦੇ ਗਰਾਊਂਡ ਵਿੱਚ ਵਿਵੇਕ ਵਿਨਾਇਕ ਸਿੱਧੂ ਹਨੀ ਅਮਰਿੰਦਰ ਲੱਭਾ ਆਇਆ ਜੀ ਫਰੋਸ਼ ਵੀ ਗੱਡੀ ਹੋ ਗਈ ਨੰਬਰ ਵੀ ਪਾਇਆ ਬਿਲਕੁਲ ਕਿੰਨੇ ਹੋ ਗਏ ਲੈ ਵੀ ਨੰਬਰ ਦੱਸੋ ਕਿੰਨੇ ਕਿੰਨੇ ਜੀ ਹਾਂਜੀ ਬਾਰਾਂ ਜੀ ਉੱਧਰ ਇੱਧਰ ਬਾਰਾਂ ਉੱਧਰ ਤਿੰਨ ਹੈ ਬਾਰਾਂ ਦੇ ਤਿੰਨ ਬਾਰਾਂ ਨੰਬਰ ਪਨਿਹਾਰੀ ਦੀ ਟੀਮ ਦੇ ਤਿੰਨ ਨੰਬਰ ਵੱਡਾ ਫਰਕ ਪੈ ਗਿਆ ਸਤਾਰਾਂ ਤੇ ਜਾ ਕੇ ਗੱਲਬਾਤ ਜਿਹੜੀ ਮੁੱਕ ਰਾਣੀ ਆਪਾਂ ਤਕੜੇ ਸਹਾਰਨੀ ਪਿੰਡ ਵਾਲਾ ਜੱਗਾ ਕਰਦਾ ਟਰਾਈਆਂ ਇਹ ਵੀ ਕਹਿ ਰਹੀ ਕੱਚੀ ਖੇਡ ਦੇ ਵਿੱਚ ਵੱਡਾ ਮੱਲ ਜਿਹੜਾ ਬਣ ਗਿਆ ਪਰ ਸਾਹਮਣੇ ਗੁਰੂ ਸਰ ਚੋਧਾ ਵਾਲਾ ਆਹ ਕਰ ਗਿਆ ਕਮਾਲ ਆਪਾਂ ਤਕੜੇ ਖੇਡ ਦੇ ਮੈਦਾਨ ਦੇ ਅੰਦਰ ਔਰ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੱਤਾ ਆਪਣਾ ਕਰਦਾ ਟਰਾਈਆਂ ਨੰਬਰ ਹੋਰ ਜੁੜਦਾ ਹੈ ਜਾਂ ਫਿਰ ਦੋ ਸਰਵਿਸ ਕੋਈ ਚੇਂਜ ਹੋ ਜਾਂਦੀ ਹੈ ਗੋਦੀ ਵਰਗੇ ਖਿਡਾਰੀ ਅੱਡ ਡਿਫੈਂਸ ਤੇ ਗੱਲਾਂ ਜਿਹੜੀਆਂ ਲਾ ਰਹੇ ਟਿਕਾਣੇ ਔਰ ਗੱਲਾਂ ਦੇਖਾਂਗੇ ਕਿੱਦਾਂ ਦੀ ਵਰਦੀਆਂ ਹੈ ਵਾਕਿਆ ਪਨਿਹਾਰੀ ਵਾਲੇ ਦੇ ਸਾਹਮਣੇ ਪਨਿਹਾਰੀ ਵਾਲੇ ਆ ਜਿਹੜੇ ਡਿਫੈਂਸਰ ਪਰਲੀ ਸੈਲ ਸਾਹਨੀ ਦੀ ਟੀਮ ਲਈ ਖੇਡਦੇ ਮੁੰਡੇ ਦੋਨੇ ਤੇ ਦੋਨੇ ਪਨਿਹਾਰੀ ਪਿੰਡ ਦੇ ਆ ਔਰ ਤੱਕਦੇ ਸਾਹਮਣੇ ਹਾਏ ਹੋ ਰੱਬਾ ਨਿੱਕੇ ਬਲ ਦਾ ਮੈਚ ਵੀਰੇ ਵੇਟ ਕਰੋ ਵੇਟ ਦੱਸਿਆ ਉਹਨਾਂ ਦਾ ਸੈਮੀ ਚੱਲੀ ਜਾਂਦਾ ਉਧਰ ਗੁੱਸਾ ਹੀ ਮੰਨ ਲਿਆ ਉਹਨੇ ਉਹ ਚੱਲੀ ਜਾਂਦਾ ਸੈਮੀ
ਨਿੱਕੇ ਬਲ ਦਾ ਪਾਸੇ ਮਾਨਾ ਨਾਲ ਸੇਮੀ ਚਲੀ ਜਾਂਦਾ ਆਹ ਸਾਹਮਣੇ ਫੇਰ ਟਰਾਈਆਂ ਦੀ ਵੱਡੀਆਂ ਹੈ ਨੰਬਰ ਹੁਣ ਹਾਲੇ ਨੀ ਪਿਆ ਥੋੜਾ ਹੋਰ ਕਹਿ ਦਈਏ ਵੀ ਮਿਹਨਤ ਨੀ ਕਰਨੀ ਪੈਣੀ ਹੋਰ ਥੋੜਾ ਤਕੜਾ ਹੋ ਗਏ ਤੇ ਬਾਲ ਨੀ ਲਾਉਣੀ ਪੈਣੀ ਹੈ ਇਹ ਕੋਚ ਜੋਧਪੁਰੀਆ ਔਰ ਸਾਹਮਣੇ ਗੱਲਾਂ ਲਾਉਂਦਾ ਟਿਕਾਣੇ ਵੱਡਾ ਬਾਗੜੀਆਂ ਦਾ ਪਰ ਪੰਜਾਬੀ ਲਿਟਰੇਚਰ ਨੂੰ ਬਹੁਤ ਪਿਆਰ ਕਰਦਾ ਹੈ ਪੰਜਾਬੀ ਕਿਤਾਬਾਂ ਪੜ੍ਹਦਾ ਹੈ ਪੰਜਾਬੀ ਕਹਾਣੀਆਂ ਸੁਣਦਾ ਹੈ ਔਰ ਪੰਜਾਬੀ ਇਹਦੇ ਨੂੰ ਬਹੁਤ ਪਿਆਰ ਕਰਦਾ ਮੁੰਡਾ ਔਰ ਸਾਹਮਣੇ ਗਲਤੀ ਜਿਹੜੀ ਵੱਡੀ ਉਹ ਆਪਾਂ ਤਕੜੇ ਸਹਾਰਨੀ ਪਿੰਡ ਵਾਲੇ ਚੋਪਰ ਨੇ ਕਰ ਦਿੱਤੀ ਹੈ ਨੰਬਰ ਥੋੜੇ ਕੁ ਬਾਕੀ ਹੈ ਔਰ ਸਾਹਮਣੇ ਤੱਕਾਂਗੇ ਫਰੋਸ਼ਾ ਦੇ ਨਾਲ ਖੇਡੂਗਾ ਕੌਣ ਗੱਲਾਂ ਦੇਖਣ ਯੋਗ ਹੈ ਗੱਲਾਂ ਦੇਖਣ ਯੋਗ ਪਰ ਪਨਿਹਾਰੀ ਵਾਲੇ ਦਾਅਵੇ ਜਿਹੜੇ ਵੱਡੇ ਪੇਸ਼ ਕਰ ਰਿਹਾ ਹੈ ਸੈਮੀ ਦੇ ਦਾਅਵੇ ਜਿਹੜੇ ਪੇਸ਼ ਕੀਤੇ ਜਾ ਰਹੇ ਨੰਬਰ ਆਹ ਤੱਕੜੇ ਸਾਹਮਣੇ ਸਹਾਰਨੀ ਦੀ ਤੀਂਦ ਲਈ ਰਾਈਟ ਹੈ ਜੀ ਬਾਲ ਬਾਹਰ ਸੀਗੇ ਅੰਦਰ ਸੀ ਅੰਦਰ ਇੱਥੇ ਰਸ ਉਧਰੋਂ ਬਾਈ ਨੇ ਹੱਥ ਮਾਰੇ ਕੋਈ ਪਤਾ ਨੀ ਚੱਲਣ ਦੋ ਬਸ ਲੈ ਵੀ ਦੋ ਕੁ ਰਹਿ ਗਏ ਪੰਦਰਾਂ ਹੋ ਗਏ ਜਾਂ ਚੌਦਾਂ ਪੰਦਰਾਂ ਦੋ ਰਹਿ ਗਏ ਜੀ ਆ ਰਹੇ ਫਰੋਸ਼ਾ ਦੀ ਟੀਮ ਆ ਰਹੀ ਹੈ ਜਲਦੀ ਦੇ ਨਾਲ ਹੁਣ ਸਮਾਂ ਨੀ ਲਾਉਣਾ ਬਹੁਤਾ ਆ ਯੋਗਰਾ ਮਿੰਟੋ ਮਿੰਟੀ ਮੁੜਿਓ ਮੇਰੀ ਬੇਨਤੀ ਹੈ ਫਰੋਸ਼ਾ ਦੀ ਟੀਮ ਲਾਸਟ ਆ ਗਿਆ ਜੀ ਲਾਸਟ ਪੁਆਇੰਟ ਬਨੇਰੀ ਟੀਮ ਦਾ ਲੈ ਵੀ ਖੈਰ ਵਾਲੇ ਕਹਿੰਦੇ ਵੀ 3100 ਕਰਦੇ ਹੁਣ ਤੇ ਗੱਡੀ ਜਾਂਦੀ ਦਿਸਦੀ ਹੈ ਹੈਲੋ ਲੱਗ ਰਹੇ ਲਾਸਟ ਨੰਬਰ ਆ ਗਿਆ ਯਾਰ ਫਰੋਸ਼ਾ ਵਾਲੇ ਮੁੰਡੇ ਜਿਹੜਾ ਕਦੇ ਦੂਸਰਾ ਸੈਮੀਫਾਈਨਲ ਮੈਚ ਖੇਡੇਗਾ ਉਹ ਸਾਹਮਣੇ ਕਦੇ ਭਨਿਆਰੀ ਵਾਲਾ ਅਮਨ ਭਾਜੀ ਕਮਾਲ ਕਦੇ ਕਰ ਗਿਆ ਭਨਿਆਰੀ ਤੇ ਫਰੋਸ਼ਾ 20 ਸੈਮੀ ਸੈਕੰਡ ਸੈਮੀ ਭਨਿਆਰੀ ਵਾਲੇ ਸੈਮੀਫਾਈਨਲ ਦੇ ਵਿੱਚ ਆਓ ਭਨਿਆਰੀ ਤੇ ਫਰੋਸ਼ਾ 20 ਸੈਮੀ ਮੈਚ ਜਿੱਦਾ ਕਿਸੇ ਹੁਣ ਉੱਡਣਗੇ ਟੱਪਾ ਲਿਆ ਸੈਮੀਫਾਈਨਲ ਆਓ ਨੰਬਰਦਾਰਾ ਹੁਣ ਉੱਡਣਗੇ ਡੋਰੀਏ ਪੱਟੀਆਂ ਢਾਹ ਆ ਮੈਚ ਨੇ ਦੁੱਖ ਤੋੜ ਦੇਣੇ ਆ ਦੁੱਖ ਨੰਬਰ ਗਰਾਊਂਡ ਦੇ ਵਿੱਚ ਆਓ ਕਦੇ ਖੇਡਿਆ ਜਾ ਰਿਹਾ ਤੇ ਫਿਰ ਜੁੜੀਆਂ ਟੀਮਾਂ ਸੈਮੀਫਾਈਨਲ ਦੇ ਵਿੱਚ ਜਿੱਤ ਗਈਆਂ ਤੇ ਫਿਰ ਕਹਿੰਦੇ ਫਾਈਨਲ ਮੈਚ ਹੋਣਾ ਤੇ ਪਤਾ ਲੱਗਣਾ ਖਾਧੀਆਂ ਖੁਰਾਕਾਂ ਤੇ ਕੀਤੀਆਂ ਮਿਹਨਤਾਂ ਦਾ ਵੀ ਕਿੰਨਾ ਕਿੰਨਾ ਨੇ 4 ਵਜੇ ਉੱਠ ਕੇ ਰਜਾਈਆਂ ਛੱਡੀਆਂ ਤੇ ਕਿੰਨਾ ਕਿੰਨਾ ਨੇ ਉਹ ਬੁਰੀਆਂ ਮੱਝਾਂ ਦਾ ਦੁੱਧ ਕਿੰਨੇ ਪੀਤਾ ਰਵੀ ਨਵੀਂ ਆਓ ਜਲਦੀ ਨਾਲ ਫਰੋਸ਼ਾ ਦੀ ਟੀਮ ਬੜੀ ਬਹੁਤ ਸਮਾਂ ਪਹਿਲਾਂ ਮਾਝਾ ਮਾਰ ਗਿਆ ਨਾਲ ਹੀ ਮੇਰੀ ਬੇਨਤੀ ਜਿੰਨੇ ਦਰਸ਼ਕ ਵੀਰ 4 ਤੇ ਚਫੇਰੇ ਖੜੇ ਗਰਾਊਂਡ ਦੇ ਵਿੱਚ ਨਜ਼ਰ